ਕਰ ਗਿਆ ਜੀ। ਸਵਰਾਜ ਦਾ ਪਾਵਰ ਸਟੀਅਰਿੰਗ ਦਾ ਕੰਮ, ਨਿਊਲੈਂਡ ਹੈ ਜੀ 4410 ਦਾ ਹਾਈਡਰੋਲਿਕ ਦਾ ਕੰਮ ਸੀ, 8-11 ਦਾ ਪਾਵਰ ਸਟੀਅਰਿੰਗ ਦਾ ਕੰਮ ਚੱਲ ਰਿਹਾ, ਹਾਈਡਰੋਲਿਕ ਲਿਫਟ ਦਾ ਵੀ ਚੱਲ ਰਿਹਾ। ਅਤੇ ਬਾਕੀ ਜਿਵੇਂ ਤੁਸੀਂ ਜਾਣਦੇ ਹੋ ਮੈਸੀ ਨਾਰਥੋ ਜਿਹੜਾ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ, ਉਹਦਾ ਵੀ ਕਾਫੀ ਕੰਮ ਨਿਬੜ ਗਿਆ। ਰੋਡ ਪਲੱਸ ਸਾਰਾ ਫਿੱਟ ਹੋ ਗਿਆ, ਟਾਇਰ ਫਿੱਟ ਹੋ ਗਏ ਨੇ ਵੱਡੇ। ਅਤੇ ਬਾਕੀ ਆਪਣੀ ਨਵੀਂ ਵਰਕਸ਼ਾਪ ਹੈ ਜੀ, ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਜਿਹੜੀ ਆਪਣੀ ਸ਼ੋਪ ਤਿਆਰ ਕੀਤੀ ਹੈ ਵੱਡੀ, ਉਹਦੇ ਵਿੱਚ ਹੌਲੀ ਹੌਲੀ ਕੰਮ ਜਾ ਰਹੀ ਹੈ। ਇਹ ਆਪਣੀ ਨਵੀਂ ਸ਼ੋਪ ਤਿਆਰ ਹੋ ਰਹੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਅੱਜ ਜਿਹੜੀ ਨਵੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਜੀ, ਆਪਾਂ ਸਵਰਾਜ 855 FE ਪਾਵਰ ਸਟੀਅਰਿੰਗ ਕੀਤਾ ਜੀ। ਟਰੈਕਟਰ ਦੇਖੋ ਜੀ ਪੂਰਾ ਸਾਫ਼ ਹੈ, ਅਤੇ ਦਿਖਾਉਂਦੇ ਹਾਂ ਤੁਹਾਨੂੰ ਪਾਵਰ ਸਟੀਅਰਿੰਗ। ਉਸੇ ਟਾਈਮਿੰਗ ਪਲੇਟ 'ਚ ਪੰਪ ਫਿੱਟ ਕੀਤਾ, ਉਸੇ ਹਿੱਸੇ ਦੇ ਉੱਤੇ ਬੈਂਡ ਵਾਲੇ ਹਿੱਸੇ ਉੱਤੇ ਡਬਲ ਸਿਲੰਡਰ ਲਾ ਕੇ ਪਾਵਰ ਸਟੀਅਰਿੰਗ ਕੀਤਾ। ਕਟਾਈ ਚੈੱਕ ਕਰਾਉਂਦੇ ਜੀ ਤੁਹਾਡੀ ਦੋਨੋਂ ਸਾਈਡ, ਫਿਟਿੰਗ ਚੈੱਕ ਕਰੋ ਜੀ। ਸਟੀਅਰਿੰਗ ਵੀਲ ਦੀ ਫਿਟਿੰਗ ਬਿਲਕੁਲ ਸਲੋ ਦੇ ਵਿੱਚ ਸਮੂਥਲੀ ਕਟਾਈ ਕਰਦਾ ਜੀ, ਪੂਰੀ ਫੁੱਲ ਕਟਾਈ ਆ। ਦੂਸਰੀ ਸਾਈਡ ਦੀ ਫਿਟਿੰਗ ਦਿਖਾਉਂਦੇ ਜੀ ਤੁਹਾਨੂੰ, ਬਿਲਕੁਲ ਜੈਨੂਨ ਜੀ ਓਰੀਜਨਲ ਟਰੈਕਟਰ ਦੇ ਨਾਲ ਦੀ ਫਿਟਿੰਗ ਹੈ ਜੀ ਸਾਰੀ। ਹਰਗੋਬਿੰਦ ਲਿਫਟ ਪੰਪ ਪਾਵਰ ਸਟੀਅਰਿੰਗ ਰਿਪੇਅਰ ਬਾਕਸ ਜੈਤੋ। ਸਾਡਾ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀਰੋ, ਚੈਨਲ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਬਾਕੀ ਟੈਂਕੀ ਦੀ ਫਿਟਿੰਗ ਹੈ ਜੀ, ਉਹਦੇ ਅੰਦਰ ਹੈ ਪਾਈਪ ਲਾਈਨ ਦੀ ਫਿਟਿੰਗ, ਦੇਖ ਸਕਦੇ ਹਾਂ ਤੁਸੀਂ। ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਕੰਮ ਕਿਵੇਂ ਲੱਗਿਆ, ਕੋਈ ਵੀ ਟਰੈਕਟਰ ਪਾਵਰ ਸਟੀਅਰਿੰਗ ਕਰਾਉਣਾ ਹੋਵੇ ਤੁਸੀਂ ਵੀਡੀਓ ਵਿੱਚ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰਕੇ ਸਾਡੇ ਨਾਲ ਟਰੈਕਟਰ ਪਾਵਰ ਕਰਨ ਦੀ ਜਾਣਕਾਰੀ ਲੈ ਸਕਦੇ ਹਾਂ। ਕੋਈ ਵੀ ਹਾਈਡਰੋਲਿਕ ਯੂਨਿਟ ਦਾ ਕੰਮ ਹੋਣਾ ਹੋਵੇ, ਹਾਈਡਰੋਲਿਕ ਯੂਨਿਟ ਦਾ ਕੰਮ ਹੋ ਰਿਹਾ, ਐਡਰੈਸ ਸਾਡਾ ਹੈਗਾ ਜੀ ਸ਼ਹਿਰ ਜੈਤੋ ਮੰਡੀ, ਜ਼ਿਲ੍ਹਾ ਫਰੀਦਕੋਟ, ਪੰਜਾਬ। ਇਹ ਵੀ 9-11 ਹੀ ਰੈਡੀ ਹੋ ਰਿਹਾ, ਪਾਵਰ ਸਟੀਅਰਿੰਗ ਹੋ ਗਿਆ, ਬਾਕੀ ਇਹਦਾ ਅਜੇ ਥੋੜ੍ਹੇ ਬਹੁਤੇ ਕੰਮ ਬਾਕੀ, ਹਾਈਡਰੋਲਿਕ ਯੂਨਿਟ ਦਾ ਕੰਮ ਹੋ ਗਿਆ। ਅਤੇ ਵੀਡੀਓ ਵਿੱਚ ਬਣੇ ਰਹੋ, ਤੁਹਾਡੀ ਬਾਈ ਹੋਰਾਂ ਨਾਲ ਗੱਲਬਾਤ ਕਰਾਉਂਦੇ ਹਾਂ ਜੀ, ਪੁੱਛਦੇ ਹਾਂ ਉਹਨਾਂ ਦਾ ਤਜਰਬਾ ਕਿਵੇਂ ਲੱਗਿਆ ਕੰਮ ਕਾਰ, ਸਾਰੀ ਗੱਲਬਾਤ ਕਰਾਵਾਂਗੇ। ਹਾਂਜੀ ਕਰਵਾਉਂਦੇ ਹਾਂ ਜੀ ਤੁਹਾਡੀ ਬਾਈ ਜੀ ਹੋਰਾਂ ਨਾਲ ਗੱਲਬਾਤ। ਬਾਈ ਜੀ ਦਾ ਟਰੈਕਟਰ ਹੈ ਜੀ, ਪਹਿਲਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਅਤੇ ਪਿੰਡ ਬਾਰੇ ਜਾਣਕਾਰੀ ਦਿਓ ਜੀ ਆਪਣੇ ਦਰਸ਼ਕਾਂ ਨੂੰ। ਬਾਈ ਜੀ ਮੇਰਾ ਨਾਮ ਦਰਜੰਟ ਸਿੰਘ ਆ, ਪਿੰਡ ਮੇਰਾ ਜਵਲਾਂ ਗਾ, ਹਾਂਜੀ ਰਾਏਕੋਟ ਦੇ ਲਾਗੇ, ਰਾਏਕੋਟ ਦੇ ਲਾਗੇ। ਬਾਈ ਜੀ ਆਪਣੇ ਕੋਲ ਆਪਣਾ 855 ਪਾਵਰ ਸਟੀਅਰਿੰਗ ਕਰਾਉਣਾ ਆਏ ਸੀ, ਛੱਡ ਕੇ ਗਏ ਸੀ, ਅੱਜ ਲੈਣ ਆਏ ਆ, ਅਤੇ ਪੁੱਛਦੇ ਹਾਂ ਬਾਈਆਂ ਨੂੰ ਕਿਵੇਂ ਲਗਾਏ ਚਲਾ ਕੇ। ਬਾਈ ਜਿਹੜੀ ਚੀਜ਼ ਦੇਖੀ ਸੀਗੀ ਉਹੀ ਲੱਗੀ, ਬਹੁਤ ਸੋਹਣਾ ਲੱਗਿਆ, ਬੜਾ ਆਨੰਦ ਆਇਆ, ਵਧੀਆ ਹੈਗਾ। ਵੱਧ ਤੋਂ ਵੱਧ ਬੰਦੇ ਆਓ, ਜੋ ਚੀਜ਼ ਕਹਿੰਦੇ ਆ ਬਾਈ ਉਹੀ ਕਰਕੇ ਦਿੰਦੇ ਆ। ਕੋਈ ਮਤਲਬ ਕਿ ਜਿਵੇਂ ਹੁਣ ਪਾਈਪ ਲਾਈਨ ਦੀ ਫਿਟਿੰਗ ਹੋਈ ਆ ਜਾਂ ਪੰਪ ਆਪਾਂ ਉਸੇ ਟਾਈਮ, ਕੋਈ ਤੁਹਾਨੂੰ ਐਂ ਤਾਂ ਨਹੀਂ ਲੱਗਿਆ ਵੀ ਔਡ ਜਿਹਾ ਲੱਗਿਆ ਜਾਂ ਫਿਟਿੰਗ ਫੁਟਿੰਗ ਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਆਈ? ਨਹੀਂ ਬਾਈ ਨਜ਼ਾਰਾ ਆ ਗਿਆ, ਮਤਲਬ ਜਮਾਂ ਸਵਾਦ ਆ ਗਿਆ, ਕੋਈ ਗੱਲ ਨਹੀਂ ਇੱਦਾਂ ਜੀ। ਬਾਈਆਂ ਨੇ ਵੇਖਿਆ ਚਲਾ ਕੇ ਜੀ ਰੋਡ ਤੇ, ਪੰਜਾਬ ਵੀ ਵੇਖਿਆ ਬੰਬ ਵੀਰੇ, ਗੋਲੀ ਆ ਗੋਲੀ ਹੁਣ ਟਰੈਕਟਰ, ਪਹਿਲਾਂ ਤਾਂ ਗੱਲ ਹੀ ਨਹੀਂ ਰਹੀ। ਧੰਨਵਾਦ ਵੀਰੇ ਤੁਹਾਡਾ, ਬਹੁਤ ਬਹੁਤ ਬਾਈਆਂ ਦਾ ਆਪਾਂ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ। ਆਪਣੇ ਕੋਲ ਪਹੁੰਚੇ ਸੀਗੇ ਆਪਣਾ ਟਰੈਕਟਰ, ਇਹਨਾਂ ਨੇ ਆਪਣੇ ਕੋਲੋਂ ਪਾਵਰ ਸਟੀਅਰਿੰਗ ਕਰਵਾਇਆ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਿਓ, ਜਿਹਨਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਕੋਈ ਵੀ ਟਰੈਕਟਰ ਪਾਵਰ ਕਰਾਉਣਾ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ 'ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਬਾਈਆਂ ਦਾ ਅਤੇ ਆਪਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ।